ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹੋ ਸਾਰੇ? ਅੱਜ ਵਲੌਗ ਬਣਾਉਣ ਦਾ ਮੂਡ ਬਣਿਆ ਅਤੇ ਅੱਜ ਪਹਿਲੀ ਵਾਰ ਮਤਲਬ ਮੈਂ ਇੱਦਾਂ ਵਲੌਗ ਬਣਾ ਰਹੀ ਹਾਂ, ਅੱਗੇ ਕਦੇ ਬਣਾਇਆ ਨਹੀਂ ਹੈਗਾ ਕਿਉਂਕਿ ਲੱਛਣ ਦੇਖੋ ਦੇਖੋ ਲੱਛਣ ਇਹਨੂੰ ਪਸੀਤਾ ਕਾ ਕਫਾ ਦੇਖੋ ਪੈਰ ਲਾਉਣ ਲੱਗਾ ਮੰਮੀ ਐ ਪੀਤਾ ਜਾ ਮੁੰਡਾ ਮੇਰਾ ਦੇਖ ਲਓ ਕੀ ਦੇਖੋ ਮੂੰਹ ਦਿਖਾਈ ਇਹ ਵੀ ਇੱਧਰ ਤੇ ਨਾ ਨਿਕਲ ਜਾ ਮੰਮੂ ਕੋ ਮੂੰਹ ਬਹੁਤ ਕੁੱਟੂੰਗੀ ਤੇਰਾ ਉਹ ਪਤਾ ਕਿਆ ਇਸ ਕੇ ਨਾ ਨਿਸ਼ਾਨ ਸਹੀ ਨਹੀਂ ਤੇ ਜਿਸ ਤਰ੍ਹਾਂ ਮੈਂ ਮੇਰੇ ਘਰ ਦਾ ਹਾਲ ਦੇਖ ਕੀ ਹੋ ਰਿਹਾ ਸਾਡਾ ਬੈਟਰਾ ਫਟ ਗਿਆ ਸੀ ਸਾਰਾ ਤਜਾ ਦੋਨੋਂ ਪਾਸੇ ਤੇ ਘਰ ਦਾ ਕੰਮ ਪੈਪ ਪੂਰਾ ਨਹੀਂ ਕਹਿ ਰਿਹਾ ਗਗਨ ਆ ਤੋਂ ਗਿਆ ਤਾ ਇਹਨੇ ਹਿਲਾ ਦਿਆ ਨਾ ਉੱਧਰ ਨਹੀਂ ਉੱਧਰ ਲੈ ਲਓ ਉੱਧਰ ਲੈ ਲਓ ਕਿਸ ਸਾਊਂਡ ਲਗਾਉਣਾ ਬੜਾ ਗਾ ਲਗਾ ਇੱਕ ਪਾਸੇ ਦੇ ਵਹਿਮ ਹੁੰਦਾ ਹੈ ਤੇ ਦੂਜੇ ਪਾਸੇ ਪੇਟ ਲਾਇਆ ਤੂੰ ਕਹਿਣਾ ਬਸ ਕਰੀ ਜਾ ਕਰੀ ਜਾ ਖਿਲਾ ਗਗਨ ਯਾਰ ਮੈਨੇ ਉਹ ਰੱਖ ਰੱਖਿਆ ਲੱਗੀ ਆ ਪੀਨੀਆ ਮੇਰਾ ਕਿਉਂਕਿ ਜੀ ਕਰਦਾ ਸੀਗਾ ਪੀਨੀਆ ਨੂੰ ਮੰਮੀ ਨੇ ਭੇਜਣੀਆਂ ਨੇ ਅਤੇ ਮੰਮੀ ਨੇ ਭੇਜਣੀਆਂ ਲੋਹੜੀ ਅਤੇ ਯਾਰ ਨੱਕ ਦੇਖ ਲਓ ਲਾ ਲਓ ਪਈ ਆ ਠੰਡ ਬਾਹਰ ਬਹੁਤ ਹੈ ਬਾਹਰ ਮਤਲਬ ਪੱਠੇ 'ਤੇ ਗਈ ਸੀਗੀ ਕੱਪੜੇ ਤਨ ਛੱਤ 'ਤੇ ਅਤੇ ਠੰਡ ਵਾਲੀ ਹਵਾ ਵਾਲੀ ਚੱਲ ਰਹੀ ਹੈ ਹੁਣ ਇਹਦਾ ਜਗਾੜ ਲਾਉਣਾ ਪਊ ਡਰਿੱਲ ਲੈਣੀ ਪੈਣੀ ਆ ਡਰਿੱਲ ਗੱਲ ਬਣੂਗੀ ਗੱਲ ਐਂ ਨਹੀਂ ਬਣਨੀ ਪਿੱਲਾ ਵੀ ਨਹੀਂ ਲਿਆਏ ਇਸ ਪਾਦੇ ਪਿੱਛੇ ਦੇਖੋ ਮੇਰੇ ਗੁੱਗੂ ਦੀ ਆ ਜਿਹੜਾ ਪੈਪ ਲਾਉਂਦਾ ਸੀਗਾ ਨਾ ਇਹਦੀ ਫੋਟੋ ਨੇ ਦੱਸੋ ਛੋਟਾ ਹੁੰਦਾ ਕਿਊਟ ਸੀ ਜਾਂ ਹੁਣ ਕਿਊਟ ਹੈ ਛੋਟਾ ਹੁੰਦਾ ਜ਼ਿਆਦਾ ਸੀਗਾ ਕੀ ਹੈ
ਬਾਤ ਹੈ, ਫਿਰ ਤੂੰ ਕਰੀ ਜੇ ਕੰਮ ਤੂੰ ਲੱਗ ਦੇਖੋ ਲੱਛਣ ਆ ਨਹੀਂ ਰਿਹਾ ਬਣਾਉਣ ਦੇ ਚੱਕਰ ਚ ਕਾਰਨਾਮਾ ਪਤਾ ਕੀ ਕੀਤਾ ਸੋਚ ਰਹੀ ਸੀ ਮੈਂ ਕਿਹਾ ਬਾਹਰ ਠੰਡ ਚ ਕੌਣ ਬੈਠੂਗਾ ਚੁੱਲ੍ਹੇ ਕੋਲ ਤੇ ਮੈਂ ਕਿਹਾ ਚੱਲ ਹੀਟਰ ਦੇ ਬਣਾਉਂਦੀ ਹਾਂ ਹੀਟਰ 'ਤੇ ਖੋਆ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਹੀਟਰ ਚਲਾਇਆ ਹੀਟਰ 'ਤੇ ਨਾ ਲੋਡ ਜ਼ਿਆਦਾ ਸੀਗਾ ਅਤੇ ਦੁੱਧ ਰੱਖ ਕੇ ਆਪਣਾ ਬਾਹਰ ਚਲੀ ਗਈ ਆ ਕੇ ਦੇਖਿਆ ਹੀਟਰ ਬੰਦ ਇੱਕ ਤਾਂ ਜਿਹੜਾ ਐਕਸਟਰਾ ਬੋਰਡ ਲਾਇਆ ਸੀਗਾ ਉਹਦਾ ਸੁੱਚ ਫੁੱਕਿਆ ਦੂਜਾ ਉਹਦਾ ਜਿਹੜਾ ਪਲੱਗ ਸੀਗਾ ਦੂਜੇ ਸ਼ੋਕਟ 'ਚ ਲਾਇਆ ਸੀਗਾ ਉਹ ਫੁੱਕਿਆ ਇੱਕ ਪੰਜ ਸ਼ੋਕਟ ਵਾਲਾ ਪਲੱਗ ਸੀਗਾ ਉਹ ਫੁੱਕਿਆ ਜਿਹੜੀ ਸ਼ੋਕਟ 'ਚ ਲਾਇਆ ਸੀਗਾ ਉਹ ਵੀ ਮੱਚ ਗਈ ਸਾਰਾ ਹੀ ਕਰਤਾ ਕੰਮ ਇੱਦਾਂ ਦੇ ਡਰਾਮੇ ਮੇਰੇ ਹੁੰਦੇ ਆ ਸਾਰੇ ਸਾਰੇ ਪੁੱਠੇ ਕੰਮਾਂ ਦਾ ਠੇਕਾ ਮੇਰੇ ਕੋਲ ਆ ਬਹੁਤ ਪੁੱਠੇ ਕੰਮ ਹੁੰਦੇ ਨੇ ਬਟ ਫਿਰ ਵੀ ਮੈਂ ਲੱਗੀ ਰਹਿੰਦੀ ਹਾਂ ਸਾਰੇ ਵਧੀਆ ਟਾਈਮ ਪਾਸ ਹੋਈ ਜਾਂਦਾ ਆ ਪਿੰਡ ਵਾਲਿਆਂ ਸੀ ਹੁਣ ਪਸ਼ੂਆਂ ਦੀ ਧਾਰ ਚੋਣ ਜਾਣਾ ਆ ਅਤੇ ਵਧੀਆ ਟਾਈਮ ਪਾਸ ਹੋ ਜਾਂਦਾ ਸਾਰਾ ਦਿਨ ਭਾਂਡੇ ਧੋਣ ਨੂੰ ਪਏ ਆ ਚਾਹ ਬਣਾਉਣੀ ਆ ਚਾਹ ਨੂੰ ਜੀ ਕਰਦਾ ਆ ਬਹੁਤ ਕੰਮ ਪਏ ਨੇ ਅਜੇ ਐਕਸਟਰਾ ਅਤੇ ਬਾਕੀ ਤੁਹਾਨੂੰ ਪਿੰਨੀਆਂ ਬਣਾ ਕੇ ਦੱਸੂੰਗੀ ਦੇਖਿਓ ਫਿਰ ਕਿੱਦਾਂ ਦੀ ਬਣਦੀ ਆ ਲੱਛਣ ਦੇਖ ਲਓ ਪਿੰਨੀਆਂ ਬਣਾ ਕੇ ਡੋਂਗਾ ਰਹਿ ਗਿਆ ਛੋਟਾ ਸਮਾਨ ਹੀ ਸੰਭਾਲਣ ਲਈ ਰਿਹਾ ਇਸ ਵਾਰ ਕਾ ਖੋਆ ਹੋਰ ਪਾਉਗੀ ਆ ਬਣ ਰਹੀਆਂ ਨੇ ਸਾਡੀਆਂ ਪਿੰਨੀਆਂ ਅਤੇ ਦੇਖੋ ਹਜੇ ਤਾਂ ਇੱਕ ਵੀ ਨਹੀਂ ਬਣਾਈ ਹੈਗੀ ਅਸੀਂ ਕਿ ਟਰਾਈ ਕਰ ਰਹੀ ਸੀਗੀ ਉਮਰ ਮੇਰੀ ਨਿਆਣੀ ਹੋ ਅਜੇ ਬਟ ਕੰਮ ਮੈਂ ਸਿਆਣੇ ਵਾਲੇ ਕਰਦੀ ਹਾਂ ਮਤਲਬ ਚਲੋ ਹੁਣ ਤਾਂ ਫਿਰ ਵੀ 30 ਦਾ ਉੱਪਰ ਹੋ ਗਈ ਹਾਂ ਬਟ ਫਿਰ ਵੀ ਮਤਲਬ ਘੱਟੋ ਘੱਟ ਮੈਨੂੰ 7-8 ਸਾਲ ਹੋ ਗਏ ਆ ਸਾਰੇ ਕੰਮ ਕਰਦੇ ਨੂੰ ਪ੍ਰੋਪਰ ਫੈਮਲੀ ਸਾਂਭ ਰੱਖੀ ਆ ਪੂਰੀਆਂ ਪਿੰਨੀਆਂ ਬਣਾ ਕੇ ਤੁਹਾਨੂੰ ਦਿਖਾਉਂਦੇ ਆ ਫਿਰ ਠੀਕ ਹੈ ਬਾਅਦ 'ਚ ਮਿਲਦੇ ਮੈਨੂੰ ਹੱਥੀ ਕੰਮ ਕਰਨੇ ਵਿੱਚ ਪੂਰਾ ਸੰਗ ਨਹੀਂ ਬਹੁਤ ਹੀ ਲੱਗਦਾ ਹੈ ਕੰਮ ਕਰਦੇ ਮਤਲਬ ਨਵੀਂ ਨਵੀਆਂ ਚੀਜ਼ਾਂ ਬਣਾਉਣੀਆਂ ਨਵੇਂ ਨਵੇਂ ਕੰਮ ਕਰਨੇ ਨਾ ਵਧੀਆ ਲੱਗਦੇ ਆ ਮੈਂ ਸਾਰੇ ਕੰਮ ਕਰਦੀ ਹਾਂ ਇਹ ਮੇਰਾ ਡੁੱਡੂ ਵੀਰ ਜੀ ਹੈ ਇਹ ਮੇਰਾ ਗਨਪੂਤ ਹੈ ਜਿਹੜਾ ਵੀਡੀਓ ਬਣਾ ਰਿਹਾ ਹੈਗਾ ਇਹਨੂੰ ਬਣਾਉਣੀ ਨਹੀਂ ਆਉਂਦੀ ਬਣਾ ਲਈਏ
ਥੋੜ੍ਹੀ ਜਿਹੀ ਪੀਨੀ ਆ ਕਿਉਂਕਿ ਕੱਲ੍ਹ ਨੂੰ ਜਾਣਾ ਆਪਾਂ ਬਰਥਡੇ 'ਤੇ, ਅਤੇ ਕੱਲ੍ਹ ਨੂੰ ਸਾਡੇ ਕੋਲ ਟਾਈਮ ਹੈ ਨਹੀਂ, ਪਰਸੋਂ ਨੂੰ ਹੈਗੀ ਲੋਹੜੀ, ਅਤੇ ਮੈਂ ਚੱਲ ਅੱਜ ਬਣਾ ਕੇ ਧਰ ਦਿੰਦੀ ਹਾਂ। ਵੈਸੇ ਨਾਨੀ ਦੇ ਘਰੋਂ ਵੀ ਪੀਨੀਆਂ ਵੀ ਲਈ, ਨਾਨੀ ਕਿਤੇ ਪੀਨੀਆਂ ਵੀ ਲੈ ਗਈਆਂ, ਲੋਹੜੀ ਵੀ ਲੈ ਗਈ। ਬੱਚਿਆਂ ਨੂੰ ਕੀ ਦੇਣਾ ਬਈ? ਉਹ ਲੈਣਾ ਉਹ ਜਿਹੜੀਆਂ ਉਹ ਪੀਨੀਆਂ ਜਿਹੜੀਆਂ ਚੀਚੀ ਖਾਣੀ ਆ, ਪੱਕੀ ਬਾਤ ਹੈ ਚੀਚੀ।